नमस्कार, इंसार टीवी ते तुहाडा स्वागत है। अज दीआं खबरां विच अज पिंड छोटे मटवां विच सरपंची दे उम्मीदवार सरबजीत कौर अते उहनां दे सपुत्तर साबका सरपंच कुलदीप सिंह ने मीडिया नाल गलबात करदिआं दस्सिआ कि उह सरपंची दे चोण कई मुद्दिआं ते लड़ रहे हन। उहनां ने कहा कि साडा सब तों वड्डा मुद्दा पिंड दा विकास करना है। उहनां ने कहा कि मैडम अरना चौधरी आशीर्वाद नाल ही उह अपने पिंड दे विच दुबारा तीसरी बार चुनाव लड़ रहे हन, इस पर जिस कारण वह पिंड की नुहार बदल के रख देंगे। इस प्रकार पिंड के पंचा अते पिंड वासियों ने भी अपने अपने विचार पेश किए। इस मौके पर सरदार प्यारा सिंह, सरदार सरबजीत सिंह, कुलवंत सिंह, कमलेश कुमारी, सरबजीत सिंह, हरभजन कौर, वसन सिंह, कुन्नन सिंह अते होर कई पिंड वासी वड्डी गिनती विच हाजिर सन। उम्मीद जो तुहाडे बेटे ने काम किए भी उदा ही करोगे? हाँ जी, उदा ही करा जी। वो साडे बेटे ने किए गड़ी करा जी। हाँ जी भाई, तुम दूसरी बारी अपनी मतलब चुनाव मैदान च उतरे हो, पहला तुसी ही ते हुण तुहाडे मदर जिहड़े आ चुनाव लड़ रहे आ, तो तुहाडा की कहना इस दे उपर ते की पिंड वासियां नूं आस आ तुहाडे जिहड़ा तुहानूं वोट पाउण? जी पिंड वासियां नूं साडे ते बहुत आसां ने। असीं अगे भी दूजी वारी लगातार सरपंच बणे आ, ऐड़का तीजी टर्न आ साडी। असी सारे पिंड दे विकास वास्ते सब कुछ अगे भी 24-25 गलियां बनाईया ने, होर भी कई काम कीते ने। गाड़ी भी जो भी साडे पिंड नूं साडे तों आसां ने असीं सारे काम करांगे। बाकी जो भी काम साडे पिंड दे रहिंदे ने, तुसीं ला लो कोई स्प्रीन लाइटां, कोई सड़कां चौड़ियां, काफ़ी काम होण वाले ने। बाकी असीं सरकार दे विच आ, साडे मैडम अरना चौधरी बड़ा संजोग दिंदे ने इलाके दा। बाकी असीं उहनां दे सनाह नाल साडे पिंड दे ਸੰਜੋਗੀ ਵੀਰਾਂ ਨੂੰ ਨਾਲ ਲੈ ਕੇ ਸਾਰੇ ਪਿੰਡ ਦੇ ਮਸਲੇ ਹੱਲ ਕਰਾਂਗੇ। ਸਰ, ਕਿਹਨਾਂ ਮੁੱਦਿਆਂ 'ਤੇ ਤੁਸੀਂ ਮੈਂਬਰੀ ਦਾ ਜਿਹੜਾ ਆ ਪੰਚੀ ਦਾ ਜਿਹੜਾ ਚੋਣ ਲੜ ਰਹੇ ਹੋ? ਆਪਣੇ ਸਰ, ਮੈਂ ਡਿਆ ਵਾਂ ਆਪਣੇ ਪੰਚ ਦੀ ਰਨ ਮੈਂਬਰ, ਆਪਣੇ ਇਲੈਕਸ਼ਨ ਲੜਨ ਡਿਆ, ਅਤੇ ਮੈਂ ਵੀਰ ਦੇ ਨਾਲ ਸਾਥ ਹੋ ਕੇ ਪੂਰਾ ਜੋ ਵੀ ਸੰਜੋਗ ਦੇ ਕੇ ਪਿੰਡ ਦਾ ਕੋਈ ਵੀ ਕੰਮ ਨਹੀਂ ਰਹੇਗਾ, ਸਾਰੇ ਪੂਰੇ ਕੰਮ ਕਰਾਂਗੇ। ਕਿਹੜੇ ਵੀਰ ਤੁਹਾਡੇ ਜਿਹਨਾਂ ਨੂੰ ਤੁਸੀਂ ਨਾਲ ਲੈ ਰਹੇ ਹੋ? ਸਰਦਾਰ ਕੁਲਦੀਪ ਸਿੰਘ ਸਰਪੰਚ ਜੀ। ਉਹ ਪਹਿਲਾਂ ਵੀ ਰਹਿ ਚੁੱਕੇ? ਪਹਿਲਾਂ ਵੀ ਰਹੇ ਆ ਜੀ, 3 ਵਾਰੀ ਰਹਿ ਚੁੱਕੇ ਪਹਿਲਾਂ। ਤੁਸੀਂ ਉਹਨਾਂ ਦੇ ਰਾਹ 'ਤੇ? ਹਾਂਜੀ ਬਿਲਕੁਲ, ਜਿਹਨਾਂ ਦਾ ਸਾਥ ਆ, ਜਿਹਨਾਂ ਦਾ ਪੂਰਾ ਸਾਥ ਦੇਵਾਂਗੇ ਅਤੇ ਪਿੰਡ ਦਾ ਕੋਈ ਵੀ ਕੰਮ ਨਹੀਂ ਰਹਿਣ ਦੇਵਾਂਗੇ ਜੀ। ਸਰ, ਤੁਹਾਡੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ, ਤੁਸੀਂ ਕਿੱਦਾਂ ਨਾਲ ਸਰਪੰਚ ਜਿਹੜਾ ਆਪਣਾ ਚਾਹੁੰਦੇ ਹੋ? ਸਰਪੰਚ ਅਸੀਂ ਉਹੀ ਚਾਹਵਾਂਗੇ ਜਿਹੜਾ ਪਿੰਡ ਦਾ, ਨਗਰ ਦਾ ਵਿਕਾਸ ਕਰੇਗਾ। ਹਾਂ, ਅੱਗੇ ਵੀ ਇਹ ਰਹੇ ਨੇ, ਬਹੁਤ ਵਿਕਾਸ ਕੀਤਾ, ਹੁਣ ਗਾੜੀ ਵੀ ਕਰਨਗੇ। ਸਾਰੇ ਪਿੰਡ ਦਾ ਸਹਿਯੋਗ ਇਹਨਾਂ ਦੇ ਨਾਲ ਸਾਡਾ ਵੀ। ਵਿੱਚ ਕਿਸ ਤਰ੍ਹਾਂ ਦਾ ਵਿਕਾਸ ਚਾਹੁੰਦੇ ਹੋ ਜਿਹੜਾ ਤੁਹਾਡਾ ਸਰਪੰਚ ਜਿਹੜਾ ਉਹ ਪੂਰਾ ਕਰ ਸਕੇ? ਵੇਖੋ ਜੀ, ਵਿਕਾਸ ਮੈਂ ਪਹਿਲਾਂ ਹੀ ਪੰਚ ਰਹਿ ਚੁੱਕਾ, ਸਰਦਾਰ ਕੁਲਦੀਪ ਸਿੰਘ ਦੇ ਨਾਲ 5 ਸਾਲ ਕੀਤੇ, ਜੋ ਪਿੰਡ ਆ ਦੋਵਾਂ ਮੰਡਲਾਂ ਦੀ ਪੰਚਾਇਤ ਇਕੱਠੀ ਸੀਗੀ, ਹੁਣ ਸਾਡੀ ਪੰਚਾਇਤ ਅਲੱਗ ਹੋਈ ਆ। ਜੋ ਸਾਡੇ ਕੋਲ ਕੋਈ ਪੈਸਾ ਅੱਗੇ ਆਉਂਦਾ ਸੀਗਾ ਦੋਵਾਂ ਥਾਂ ਲੱਗਦਾ ਸੀ, ਅਤੇ ਹੁਣ ਆਪਣੇ ਪਿੰਡ ਦਾ ਜੋ ਵਿਕਾਸ ਜਿਹੜਾ ਸਾਡੇ ਛੋਟੇ ਮਟਮਾਂ ਦੇ ਪੂਰਾ ਕਰਾਂਗੇ ਅਸੀਂ, ਹੁਣ ਮੇਰਾ ਛੋਟਾ ਬ੍ਰਦਰ ਪੰਚ ਖਲੋਤਾ ਨਾਲ, ਬਾਕੀ ਸਾਡੇ ਸਾਰੇ ਪਿੰਡ ਦਾ ਸਹਿਯੋਗ ਇਹਨਾਂ ਦੇ ਨਾਲ ਆ, ਅਤੇ ਵੱਧ ਕਰਕੇ ਜੋ ਸਾਡੇ ਕੰਮ ਅਧੂਰੇ ਰਹਿ ਗਏ ਆ ਉਹ ਗਾੜੀ ਹੁਣ ਕੁਲਦੀਪ ਸਿੰਘ ਦੇ ਬਹੁਤ ਆਸਾਂ ਨੇ ਸਾਰੇ ਨਗਰ ਨੂੰ, ਸਾਰਾ ਅਸੀਂ ਉਹਨਾਂ ਦੇ ਨਾਲ ਵਾਂ। ਅਤੇ ਸਾਡੀ ਜੋ ਮੈਡਮ ਅਰਨ ਚੌਧਰੀ, ਬਾਬੂ ਅਸ਼ੋਕ ਜੀ ਚੌਧਰੀ ਜੀ, ਉਹਨਾਂ ਦੇ ਸਰਕਾਰ ਦੇ ਵਿੱਚ ਪੂਰਾ ਸਾਡੇ ਨਾਲ ਉਹਨਾਂ ਦਾ ਮਿਲਾਪ ਆ, ਅਤੇ ਅਸੀਂ ਜੋ ਪਿੰਡ ਦੇ ਅਧੂਰੇ ਕੰਮ ਆ ਉਹ ਪੂਰੇ ਤਹਿ ਦਿਲ ਧੰਨਵਾਦ ਨਾਲ ਕਰਾਂਗੇ। ਭਾਜੀ, ਯੂਥ ਹੋ ਤੁਸੀਂ ਪਿੰਡ ਦੇ ਵਿੱਚ ਤੁਹਾਡੀ ਸਰਪੰਚੀ ਵੋਟਾਂ ਚੱਲ ਰਹੀਆਂ ਆ, ਅਤੇ ਤੁਸੀਂ ਯੂਥ ਨੂੰ ਕੀ ਉਮੀਦ ਹੈਗੀ ਹੈ ਸਰਪੰਚ ਤੋਂ ਕਿ ਉਹ ਤੁਹਾਡੀਆਂ ਜਿਹੜੀਆਂ ਹਰ ਆਸ ਜਿਹੜੀ ਆ ਪੂਰੀ ਕਰ ਸਕੇ? ਯੂਥ ਨੂੰ ਜੀ ਬਹੁਤ ਆਸਾਂ ਸਾਡੇ ਉੱਤੇ ਹੈਗੀਆਂ ਕਿ ਸਾਰਾ ਪਿੰਡ ਦਾ ਵਿਕਾਸ ਹੋਏ, ਚੰਗੀਆਂ ਗਲੀਆਂ ਬਣਨ, ਚੰਗੀਆਂ ਸੜਕਾਂ ਬਣਨ, ਚੰਗੀਆਂ ਸਟੀਲ ਲਾਈਟਾਂ ਲੱਗਣ, ਹੈਂਡ ਪੰਪ ਲੱਗ ਜਾਣ, ਇੱਥੇ ਸਾਡੇ ਪਿੰਡ ਦੇ ਵਿੱਚ ਪਿੰਡ ਦਾ ਸਾਫ ਸਫਾਈ ਹੋਏ। ਸਾਨੂੰ ਪਿੰਡ ਦੇ ਵਿੱਚ ਆਸ ਪੂਰੀ ਹੈਗੀ ਆ ਕੁਲਦੀਪ ਸਿੰਘ ਸਰਪੰਚ ਦੇ ਨਾਲ, ਅੱਗੇ ਵੀ ਅਸੀਂ ਨਾਲ ਉੱਤੇ ਜੋੜ ਕੇ ਕੰਮ ਕਰਦੇ ਰਹੇ ਹਾਂ, ਅਤੇ ਹੁਣ ਵੀ ਉਹਨਾਂ ਦੇ ਨਾਲ ਮੈਂ ਸਰਪੰਚ ਪੰਚੀ ਦੇ ਬਣ ਚੁੱਕਾ ਵਾਂ ਆਪਣੇ ਸਰਪੰਚੀ ਨਾਲ, ਸਰਪੰਚੀ ਨਾਲ।